ਜਲੰਧਰ ਦੇ ਪ੍ਰੈਸ ਕਲੱਬ ਵਿਚ ਪੰਜਾਬ ਦੀ ਵਿਭਿੰਨ ਸਿੱਖ ਸੰਸਥਾਵਾਂ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ ਤੇ ਧਰਮ ਪ੍ਰਚਾਰਕ ਹਰਜਿੰਦਰ ਸਿੰਘ ਮਾਜੀ ਦੁਆਰਾ 2007 ਵਿਚ ਬਾਬਾ ਰਾਮ ਰਹੀਮ ਪੰਜਾਬ ਪੁਲਿਸ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਾਣੇ ਦੀ ਨਕਲ ਦੇ ਮਾਮਲੇ ਵਿਚ ਦਰਜ ਕੇਸ ਦੇ ਮਾਮਲੇ ਦੇ 27 ਜਨਵਰੀ 2012 ਵਿਚ ਬਠਿੰਡਾ ਸੈਸ਼ਨ ਕੋਰਟ ਵਿਚ ਪੰਜਾਬ ਸਰਕਾਰ ਵੱਲੋਂ ਸਹੀ ਤਰ੍ਹਾਂ ਤੋਂ ਅਦਾਲਤ ਵਿਚ ਪੇਸ਼ ਨਾ ਕਰਨ ਕਰਕੇ ਖਤਮ ਕਰਨ ਦੇ ਮਾਮਲੇ ਵਿਚ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਮੌਜੂਦਾ ਪੰਜਾਬ ਸਰਕਾਰ ਨੂੰ ਇਸ ਕੇਸ ਨੂੰ ਦੁਬਾਰਾ ਖੋਲਣ ਦੀ ਮੰਗ ਕੀਤੀ ਹੈ। ਉਹਨਾਂ ਨੇ SIT ਬਣਾਈ ਹੈ, ਅਸੀਂ ਉਹਦੇ ਚ ਜਦੋਂ ਉਹਨਾਂ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਰਿਪੋਰਟ ਸੀਗੀ ਉਹਦੇ ਤੇ ਐਕਸ਼ਨ ਨਹੀਂ ਲਿਆ, ਉਹਨਾਂ ਦਿਨਾਂ ਵਿੱਚ ਅਸੀਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਇਸ ਗੱਲ ਤੇ ਘੇਰਿਆ ਸੀਗਾ ਕਿ ਉਹ ਇੱਕ ਟਾਈਮ ਪਾਸ ਕਰ ਰਹੇ ਨੇ, ਇੱਕ ਬੁੱਤਾ ਸਾਰਨ ਵਾਲਾ ਕੰਮ ਕਰ ਰਹੇ ਨੇ। ਔਰ ਹੁਣ ਇਹਨਾਂ ਨੇ SIT ਜਿਹੜੀ ਕੀਤੀ ਹੈ, ਕੁੰਵਰ ਵਿਜੇ ਪ੍ਰਤਾਪ ਸਿੰਘ ਹੋਰਾਂ ਦੀ ਸਾਰੇ ਜਿਹੜੇ ਜ਼ਿੰਮੇਵਾਰ ਸੱਜਣ ਉੱਥੇ ਹੈਗੇ ਨੇ, ਤਾਂ ਅਸੀਂ ਇਹਨਾਂ ਨੂੰ ਅਜੇ ਬੇਨਤੀ ਕਰ ਰਹੇ ਹਾਂ ਕਿ SIT ਦੇ ਰਾਹੀਂ ਵੀ ਤੁਹਾਨੂੰ ਇਹ ਨਹੀਂ ਕਿ 2-4 ਪ੍ਰੇਮੀਆਂ ਨੂੰ ਫੜ ਕੇ ਤੁਸੀਂ ਉਹਨਾਂ ਦੇ ਪਾ ਦਿਓਗੇ ਗੱਲ ਵੀ ਠੀਕ ਹੈ ਜੀ ਇਹਨਾਂ ਨੇ ਕੀਤਾ ਸੀਗਾ। ਅਸੀਂ ਕਹਿੰਦੇ ਹਾਂ ਮਾਸਟਰ ਮਾਈਂਡ ਕੌਣ ਹੈ ਇਸ ਘਟਨਾਕ੍ਰਮ ਦਾ, ਜਿਹੜੀ ਵਿਅਦਵੀ ਘਟਨਾਕ੍ਰਮ ਹੋਇਆ ਇਹਦਾ ਮਾਸਟਰ ਮਾਈਂਡ ਗੁਰਮੀਤ ਰਾਮ ਰਹੀਮ ਹੈ, ਔਰ ਜਿਹੜਾ ਬਾਈਬਲ ਕਲਾਂ ਤੇ ਕੋਟਕਪੂਰਾ ਜਿਹੜਾ ਹੋਇਆ ਉਹਦੇ ਮਾਸਟਰ ਮਾਈਂਡ ਜਿਹੜੇ ਨੇ ਸੁਖਵੀਰ ਬਾਦਲ ਹੈ, ਕਿਉਂਕਿ ਹੋਮ ਮਿਨਿਸਟਰ ਹੈ ਉਸ ਵਕਤ ਦਾ ਪ੍ਰਕਾਸ਼ ਬਾਦਲ ਨੇ, ਸੁਮੇਧ ਸੈਣੀ ਹੈ ਜਿਹੜਾ ਉਸ ਵਕਤ ਮੁਖੀ ਹੈ ਪੁਲਿਸ ਦਾ। ਸੋ ਉਹਨਾਂ ਤੇ ਵੀ ਅਸੀਂ ਮੌਜੂਦਾ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕੈਪਟਨ ਨੂੰ ਕਿ ਜੇ ਉਹ ਬਣਦੀ ਕਾਰਵਾਈ ਨਹੀਂ ਕਰਦੇ, ਜਿਵੇਂ ਬਾਦਲਾਂ ਦਾ ਹਸਰ ਹੋਇਆ, ਜਿਵੇਂ ਅੱਜ ਉਹਨਾਂ ਦੀ ਦੁਰਦਸ਼ਾ ਹੋ ਰਹੀ ਹੈ, ਇਹ ਆਉਣ ਵਾਲੇ ਦਿਨਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਵੀ ਇਸੇ ਤਰ੍ਹਾਂ ਹੋਊਗੀ ਜੇ ਉਹ ਬਣਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ, ਕਿਉਂਕਿ ਉਹ ਗੁਟਕਾ ਚੁੱਕ ਚੁੱਕ ਕੇ ਕਸਮਾਂ ਖਾ ਕੇ ਲੋਕਾਂ ਨੂੰ ਵਿਸ਼ਵਾਸ ਦਿਖਵਾ ਕੇ ਜਿਹੜਾ ਪਾਵਰ 'ਚ ਆਏ। ਜੀ, ਕਿਉਂਕਿ ਇਹਦੇ ਲਈ ਜਿਹੜੀ ਪੰਜਾਬ ਸਰਕਾਰ ਹੈ, ਮੌਜੂਦਾ ਪੰਜਾਬ ਸਰਕਾਰ, ਉਹ ਕਟਹਿਰੇ 'ਚ ਖੜੀ ਹੈ ਕਿ ਮੌੜ ਬੰਬ ਕਾਂਡ ਦਾ ਕੀ ਬਣਿਆ। ਇਹ ਸਾਰੇ ਮਸਲੇ ਜਿੰਨੇ ਵੀ ਨੇ ਇਹ ਕਟਹਿਰੇ 'ਚ ਹੀ ਖੜੀ ਰਹੂਗੀ ਉਹਨਾਂ ਚਿਰ ਜਿੰਨਾ ਚਿਰ ਇਹ ਬਣਦੀ ਜਿਹੜੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਅਤੇ ਜਿਹੜਾ ਮੌੜ ਮੰਡੀ ਬੰਬ ਬਲਾਸਟ ਹੈ, ਮੌੜ ਮੰਡੀ ਜਿਹੜਾ ਬੰਬ ਬਲਾਸਟ ਹੈ ਹੁਣ ਤੱਕ, ਕਿਉਂਕਿ ਸੁਖਬੀਰ ਅਤੇ ਕੈਪਟਨ ਦੀ ਦੌੜ ਲੱਗੀ ਹੁੰਦੀ ਹੈ ਇਹ ਦੱਸਣ ਲਈ ਵੀ ਅਸੀਂ ਅੱਤਵਾਦ ਦੇ ਬੜਾ ਖਿਲਾਫ਼ ਹਾਂ। ਕੈਪਟਨ ਨੇ ਬੜੇ ਵੱਡੇ ਵੱਡੇ ਬੋਰਡ ਲਵਾਏ ਸੀ, ਇੰਨੇ ਅੱਤਵਾਦੀ ਫੜ ਲਏ, ਅਸੀਂ ਇੱਥੇ ਅਮਰ ਸ਼ਾਂਤੀ ਦੇ ਰਖਵਾਲੇ ਆਪਣੇ ਆਪ ਨੂੰ ਦੋਨੇ ਹੀ ਪ੍ਰਜੈਂਟ ਕਰਦੇ ਨੇ ਬ੍ਰੈਂਡ ਅੰਬੈਸਡਰ ਦੇ ਤੌਰ 'ਤੇ ਪੰਜਾਬ ਦੇ ਵੀ, ਅਸੀਂ ਅਮਰ ਸ਼ਾਂਤੀ ਦੇ ਰਖਵਾਲੇ ਹਾਂ। ਸਭ ਤੋਂ ਵੱਡਾ, ਜੇ ਖਾੜਕੂ ਵੇਲਿਆਂ ਤੋਂ ਬਾਅਦ ਦੀ ਗੱਲ ਕਰੀਏ, ਪਿਛਲੇ 20 ਸਾਲਾਂ ਦਾ ਸਭ ਤੋਂ ਵੱਡਾ ਟੈਰਰਿਸਟ ਅਟੈਕ ਮੌੜ ਮੰਡੀ ਬੰਬ ਬਲਾਸਟ ਹੈ। ਜਦੋਂ ਇਹ ਹੋਇਆ ਤਾਂ ਸੁਖਬੀਰ ਨੇ ਸਭ ਤੋਂ ਪਹਿਲੀ ਉਂਗਲ ਉਲਟਾ ਸਿੱਖਾਂ 'ਤੇ ਚੱਕੀ ਸੀ ਕਿ ਇਹ ਖਾੜਕੂਆਂ ਦਾ ਅਤੇ ISI ਦਾ ਜਿਹੜਾ ਇਹ ਮਿਲੀ ਭੁਗਤ ਦੇ ਨਾਲ ਇਹ ਅਟੈਕ ਹੋਇਆ। ਔਰ ਵੱਡੀ ਗੱਲ ਹੈ, ਉਸ ਵੇਲੇ ਉਹ ਹੋਮ ਮਿਨਿਸਟਰ ਸੀ, ਉਹਦੇ ਕੋਲ ਕੋਈ ਇਨਫੋਰਮੇਸ਼ਨ ਕੋਈ ਇਨਪੁੱਟ ਤਾਂ ਹੋਏਗੀ ਜਿਹਦੇ ਖਿਲਾਫ਼ 'ਤੇ ਉਹਨੇ ਸਟੇਟਮੈਂਟ ਦਿੱਤੀ। ਅੱਜ ਜਦੋਂ ਇਹ ਸਾਬਤ ਹੋ ਚੁੱਕਾ ਕਿ ਨਾ ਇਹਦੇ 'ਚ ਕੋਈ ਖਾੜਕੂਆਂ ਦਾ ਰੋਲ ਹੈ ਨਾ ISI ਦਾ ਰੋਲ ਹੈ, ਸਭ ਤੋਂ ਵੱਡਾ ਅੱਤਵਾਦ ਦਾ ਡੇਰਾ ਨੌਰਥ ਇੰਡੀਆ ਦੇ ਵਿੱਚ ਜਿਹੜਾ ਰਾਮ ਰਹੀਮ ਦਾ ਡੇਰਾ ਸੀ, ਉਹਨੇ ਇਹ ਸਾਰਾ ਬੰਬ ਬਲਾਸਟ ਕਰਵਾਇਆ ਸੀ। ਨਾ ਸੁਖਬੀਰ ਬੋਲ ਰਿਹਾ ਨਾ ਕੈਪਟਨ ਬੋਲ ਰਿਹਾ, ਹਾਲੇ ਵੀ ਇਹਨਾਂ ਦੋਨਾਂ ਨੂੰ, ਕਿਉਂਕਿ ਇਹ ਇੱਕ ਗੱਲ ਤਾਂ ਚਾਹੁੰਦੇ ਆ ਵੀ ਜਿਹੜੀ ਡੇਰੇ ਦੇ ਖਿਲਾਫ਼ ਵੋਟ ਹੈ ਉਹ ਸਾਨੂੰ ਪੈ ਜਾਵੇ। ਕੈਪਟਨ ਇਹ ਤਾਂ ਚਾਹੁੰਦਾ ਵੀ ਜਿਹੜਾ ਸਿੱਖ ਵੋਟ ਹੈ ਰਾਮ ਰਹੀਮ ਡੇਰਾ ਦੇ ਖਿਲਾਫ਼ ਹੈ ਉਹ ਬਾਦਲ ਨੂੰ ਗਾਲਾਂ ਕੱਢ ਕੇ ਬਾਦਲ ਨੂੰ ਬਦਨਾਮ ਕਰਕੇ ਸਾਡੇ ਖਿਲਾਫ਼ ਪੈ ਜਾਵੇ, ਪਰ ਅੰਦਰ ਖਾਤੇ ਇਹ ਦੋਨਾਂ ਬੇੜਿਆਂ ਦੇ ਵਿੱਚ ਸਵਾਰ ਹੋਣਾ ਚਾਹੁੰਦੇ ਆ, ਚਾਹੇ ਸੁਖਬੀਰ ਆ ਚਾਹੇ ਕੈਪਟਨ। ਇਹਨਾਂ ਨੂੰ ਪ੍ਰੇਮੀਆਂ ਦੀ ਵੀ ਵੋਟਾਂ ਚਾਹੀਦੀਆਂ ਅਤੇ ਸਿੱਖਾਂ ਦੀਆਂ ਵੀ ਚਾਹੀਦੀਆਂ। ਸੋ ਇਸ ਕਰਕੇ ਇਹਨਾਂ ਨੂੰ ਪਤਾ ਵੀ ਜੇ ਅਸੀਂ ਮੋੜਾਂ ਨੂੰ ਤੁਰਦੇ ਹਾਂ ਅਤੇ ਜਿਹੜੀ ਮਾੜੀ ਮੋਟੀ ਮਾਲ ਵਿੱਚ ਹਾਲੇ ਵੀ ਪ੍ਰੇਮੀਆਂ ਦੀ ਵੋਟ ਬਚੀ ਹੈ, ਮੈਨੂੰ ਲੱਗਦਾ ਵੀ ਜਦ ਤੱਕ ਉਹ ਵੋਟ ਪੂਰੀ ਤਰੀਕੇ ਨਾਲ ਖਤਮ ਨਹੀਂ ਹੋ ਜਾਂਦੀ ਇਹ ਵੋਟ ਬੈਂਕ ਦੀ ਰਾਜਨੀਤੀ ਦੇ ਕਰਕੇ ਉਹਦੇ ਦੋਸ਼ੀ ਜਿਹੜੇ ਉਹ ਫੜੇ ਨਹੀਂ ਜਾਂਦੇ। ਅਸੀਂ ਜਿੰਨੇ ਵੀ ਪਹਿਲਾਂ ਵੀ ਗੱਲ ਕੀਤੀ ਜਿਹੜੇ ਇੰਡੀਵਿਜੁਅਲਸ ਨੇ, ਚਾਹੇ ਸਰਦਾਰ ਫੂਲਕਾ ਨੇ, ਭਾਈ ਰਣਜੀਤ ਸਿੰਘ ਨੇ, ਜਿੰਨੇ ਵੀ ਲੋਕ ਸ਼੍ਰੋਮਣੀ ਕਮੇਟੀ ਨੂੰ ਸਿਆਸੀਕਰਨ ਤੋਂ ਮੁਕਤ ਕਰਾਉਣ ਦੀ ਗੱਲ ਕਰਨਗੇ, ਅਸੀਂ ਜਿਹੜਾ ਸਾਡਾ ਨੈੱਟਵਰਕ ਹੋਏਗਾ ਸਾਡਾ ਸਟਰਕਚਰ ਹੈ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ। ਕਿਉਂਕਿ ਬਹੁਤ ਵਾਰੀ ਇੱਦਾਂ ਹੁੰਦਾ ਕਿ ਇੰਡੀਵਿਜੁਅਲ ਅਖਬਾਰਾਂ ਦੇ ਬਿਆਨਾਂ ਤੱਕ ਰਹਿ ਜਾਂਦੇ ਨੇ, ਉਹਨਾਂ ਕੋਲ ਆਈਡੀਆ ਵੀ ਬਹੁਤ ਵਧੀਆ ਹੁੰਦਾ ਪਰ ਕਾਡਰ ਨਾ ਹੋਣ ਕਰਕੇ ਐਗਜੀਕਿਊਟ ਹੀ ਨਹੀਂ ਹੋ ਪਾਉਂਦਾ, ਉਹਨਾਂ ਦਾ ਜ਼ਮੀਨੀ ਪੱਧਰ 'ਤੇ ਮਤਲਬ ਕਹਿ ਲਓ ਵੀ ਕਨੈਕਟ ਉਹਨਾਂ ਦਾ ਕਨੈਕਸ਼ਨ ਹੀ ਨਹੀਂ ਹੁੰਦਾ। ਅਤੇ ਅਸੀਂ ਜਿਹੜਾ ਗਰਾਊਂਡ ਨੈੱਟਵਰਕ ਤਿਆਰ ਕਰ ਰਹੇ ਹਾਂ ਔਰ ਜਿਹੜੇ ਵੀ ਚੰਗੇ ਬੁੱਧੀਜੀਵੀ ਸਿਆਣੇ ਅਜਮਾਏ ਹੋਏ ਲੋਕ ਜਿਨ੍ਹਾਂ ਨੇ 30-30 ਸਾਲ, ਜਿੱਦਾਂ ਸਰਦਾਰ ਫੂਲਕਾ ਨੇ ਜਾਂ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੇ 30-30 ਸਾਲ ਤੋਂ ਬੇਦਾਗ ਰਹਿ ਕੇ ਲੜਾਈਆਂ ਲੜੀਆਂ ਨੇ, ਉਹਨਾਂ ਨੂੰ ਮੋਢੀ ਅੱਗੇ ਲਾ ਕੇ ਅਸੀਂ ਉਹਨਾਂ ਦਾ ਸਹਿਯੋਗ ਅਤੇ ਸਮਰਥਨ ਕਰਾਂਗੇ।
उम्मीद है कि इस साल श्रोमणी कमेटी इलेक्शन हो सकती है। यह सारी लामबंदी सिर्फ से सिर्फ क्योंकि असं तो आप कह रहे भी सियासीकरण तो मुक्त होना चाहिए तो जे असी आप सियासत के इंटरफेयर करांगे जां इनवॉल्व होवांगे तो असी भी वह हक गवा लांगे। तो साडा फोकस तो सारा ध्यान सिर्फ तो सिर्फ श्रोमणी कमेटी इलेक्शन और जिहड़ा क्योंकि यह भी मैं थोड़े ध्यान च लिया क्योंकि श्रोमणी कमेटी का जिहड़ा समय वह पूरा हो चुके 2016 दे विच ਇਹ ਕੀ ਕੀਤਾ ਬਾਦਲਾਂ ਨੇ ਇਹਨਾਂ ਦੇ ਗਰੁੱਪ ਨੇ ਇਹਨਾਂ ਦੇ ਐਸ ਜੀ ਪੀ ਸੀ ਕੁਛ ਮੈਂਬਰਾਂ ਨੇ ਝੂਠ ਬੋਲਿਆ ਲੋਕਾਂ ਜਾ ਕੇ ਝੂਠ ਬੋਲਿਆ ਕਿ ਸਾਨੂੰ ਸੁਪਰੀਮ ਕੋਰਟ ਨੇ ਅਜੇ ਸਮਾਂ ਦੇ ਦਿੱਤਾ ਕਿ ਪਹਿਲਾਂ ਵਾਲਾ ਸਮਾਂ ਜਿਹੜਾ ਸਾਡਾ ਐਵੇਂ ਰੌਲੇ ਗੋਲੇ 'ਚ ਲੰਘ ਗਿਆ ਜੀ ਅਤੇ ਸਾਨੂੰ 5 ਸਾਲ ਦਾ ਹੋਰ ਵਕਤ ਮਿਲ ਗਿਆ ਪਰ ਇਹਦੇ 'ਤੇ ਜਦੋਂ ਸਪਸ਼ਟ ਹੋਇਆ ਫੂਲਕਾ ਸਾਹਿਬ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ 2016 ਦੇ ਵਿੱਚ ਜਦੋਂ ਸਪਸ਼ਟ ਹੋਇਆ ਕਿ 2016 ਦੇ ਵਿੱਚ ਖਤਮ ਹੋ ਚੁੱਕੀ ਹੈ ਅੱਜ ਦੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਜਿਹੜੀ ਸਿੱਖੀ ਦੇ ਐਂਟੀ ਵਿਚਰ ਰਹੀ ਹੈ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਕਾਬਜ ਹੋ ਕੇ ਬੈਠੇ ਨੇ ਔਰ ਇਹਦੇ ਵਿੱਚ ਪੰਜਾਬ ਸਰਕਾਰ ਵੀ ਜ਼ਿੰਮੇਵਾਰ ਹੈ ਉਹਨਾਂ ਨੂੰ ਵੀ ਆਪਣੀ ਬਣਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਇਹ ਡੈਮੋਕ੍ਰੇਸੀ ਨਹੀਂ ਅੱਜ ਡਿਕਟੇਟਰਸ਼ਿਪ ਜਿਹੜਾ ਸਾਡੀ ਕੌਮ ਦੇ ਉੱਤੇ ਭਾਰੂ ਕੀਤਾ ਜਾ ਰਿਹਾ ਲੋਕਤੰਤਰ ਦੇ ਵਿੱਚ ਵੀ ਸਾਡੇ ਉੱਤੇ ਤਾਨਾਸ਼ਾਹੀ ਰਵੱਈਆ ਜਿਹੜਾ ਭਾਰੂ ਕੀਤਾ ਜਾ ਰਿਹਾ ਜੀ ਇਲੈਕਸ਼ਨ ਡਿਊ ਨੇ ਇਲੈਕਸ਼ਨ ਜਿਹੜੇ ਨੇ ਉਹ ਸਾਨੂੰ ਉਮੀਦ ਹੈ ਕਿ ਇਸ ਸਾਲ ਦੇ ਵਿੱਚ ਹੋਣਗੇ ਔਰ ਹੋਣੇ ਚਾਹੀਦੇ ਆ ਛੇਤੀ ਛੇਤੀ। ਇਹ ਹੈਗਾ ਕਿ 2007 ਤੋਂ ਲੈ ਕੇ 2014 ਤੱਕ ਜਿਹੜੀਆਂ ਇਹੋ ਜਿਹੀਆਂ ਆਰਗੇਨਾਈਜੇਸ਼ਨਸ ਤੁਹਾਡੇ ਵਰਗੀਆਂ ਇਹ ਉਦੋਂ ਕਿੱਥੇ ਸੀਗੀਆਂ ਜੀ ਉਦੋਂ ਤੱਕ ਕੋਈ ਐਕਸ਼ਨ ਲਿਆ ਗਿਆ 2007 ਤੋਂ ਲੈ ਕੇ 2014 ਤੱਕ ਤੁਹਾਡੇ ਵਰਗੀਆਂ ਅਸੀਂ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਕਿਉਂਕਿ ਮੈਂ ਤਾਂ ਇੱਥੇ ਫਸਟ ਟਾਈਮ ਤੁਹਾਡੇ ਕੋਲ ਆਇਆ ਮਾਲਵੇ ਵਿੱਚ ਜ਼ਿਆਦਾ ਕੰਮ ਕੀਤਾ ਅੱਜ ਸੌਦਾ ਸਾਧ ਨੂੰ ਜਿਹੜੀ ਨੱਥ ਪਈ ਆ ਮਾਲਵੇ ਦੇ ਵਿੱਚ ਉਹ ਸਾਡੇ ਪ੍ਰਚਾਰਕ ਵੀਰਾਂ ਨੇ ਪਾਈ ਹੈ ਸਾਡੀ ਇੱਕ ਜਥੇਬੰਦੀ ਹੈ ਮੈਂ ਤੁਹਾਡੇ 'ਤੇ ਇਹ ਦੱਸਦਾ ਹੋਇਆ ਖੁਸ਼ੀ ਮਹਿਸੂਸ ਕਰਦਾ ਸਲਾਬਤਪੁਰਾ ਜਿਹੜਾ ਮੇਨ ਡੇਰਾ ਜਿੱਥੇ ਸਾਰਾ ਉਹਨੇ ਡਰਾਮਾ ਰਚਿਆ ਸੀ ਉੱਥੇ ਗੁਰਬਾਣੀ ਦੀ ਸੰਥਿਆ ਦਾ ਪ੍ਰਬੰਧ ਕਿਤੇ ਐਸ ਜੀ ਪੀ ਸੀ ਵੱਲੋਂ ਨਹੀਂ ਹੋਇਆ ਉੱਥੇ ਸਾਡੇ ਸਿੰਘਾਂ ਨੇ ਉੱਥੇ ਕਥਾ ਪ੍ਰਚਾਰ ਕਰਕੇ ਅੱਜ ਸਲਾਬਤਪੁਰੇ ਦੇ ਵਿੱਚ ਤੁਹਾਨੂੰ 200-250 ਬੰਦਾ ਉਹ ਮਿਲੂਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਅਰਥਾਂ ਸਮੇਤ ਪਾਠ ਕਰ ਰਿਹਾ ਲਗਾਤਾਰ ਕਰ ਰਿਹਾ ਔਰ ਜਿਹੜਾ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਸੀਗਾ ਜਿੱਥੇ ਬੇਅਦਬੀ ਦਾ ਘਟਨਾਕ੍ਰਮ ਹੋਇਆ ਉੱਥੇ ਵੀ ਉਹਨਾਂ ਇਲਾਕਿਆਂ ਦੇ ਵਿੱਚ ਗੋਲੇ ਵਾਲਾ ਪਿੰਡ ਸੀ ਬਹੁਤ ਸਾਰੇ ਪਿੰਡ ਨੇ ਘਾਸੀ ਵਾਲਾ ਸੁਨਾਮ ਕੋਲ ਉਹਨਾਂ ਦਿਨਾਂ 'ਚ ਇੱਕ ਲਹਿਰ ਚਲਾਈ ਅਸੀਂ ਗੁਰਮਤਿ ਪ੍ਰਚਾਰ ਦੇ ਨਾਲ ਜਿੱਥੇ ਵੀ ਦੀਵਾਨ ਲੱਗਦੇ ਸੀਗੇ ਉੱਥੇ ਪ੍ਰੇਮੀ ਇਹ ਜਸਟਿਸ ਰਣਜੀਤ ਸਿੰਘ ਹੋਰਾਂ ਦੀ ਰਿਪੋਰਟ ਦੇ ਉੱਪਰ ਵੀ 173 ਨੰਬਰ ਪੰਨੇ ਦੇ ਉੱਤੇ ਜ਼ਿਕਰ ਹੈ ਇਸ ਗੱਲ ਦਾ ਕਿ ਪ੍ਰੇਮੀ ਆਪਣੇ ਲੋਕਟ ਤੋੜ ਕੇ ਸੁੱਟ ਜਾਂਦੇ ਸੀ ਦੀਵਾਨ ਸੁਣ ਕੇ ਐਸ ਜੀ ਪੀ ਸੀ ਵੱਲੋਂ ਨਹੀਂ ਸੀਗਾ ਇਹ ਪ੍ਰਚਾਰ ਇਹ ਆਪਣੇ ਤੌਰ 'ਤੇ ਸੁਹਿਰਦ ਗੁਰਸਿੱਖਾਂ ਦੇ ਸਹਿਯੋਗ ਦੇ ਨਾਲ ਪ੍ਰਚਾਰ ਹੋਇਆ ਔਰ ਲੋਕਟ ਤੋੜ ਕੇ ਸੁੱਟ ਜਾਂਦੇ ਸੀ ਇਸੇ ਕਰਕੇ ਡੇਰਾ ਪ੍ਰੇਮੀਆਂ ਨੇ ਪਲੈਨਿੰਗ ਵੀ ਬਣਾਈ ਸੀਗੀ ਕਿ ਇੱਕ ਤਾਂ ਮਾਝੀ ਨੂੰ ਇੱਥੇ ਕਤਲ ਕਰ ਦਿੱਤਾ ਜਾਵੇ ਬੇਅਦਬੀ ਕਰ ਦਿੱਤੀ ਜਾਵੇ ਇਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੁਸੀਂ ਸਾਰੇ ਜਾਣਦੇ ਹੋ ਉਹਦੇ ਵਿੱਚ ਕਹਿਣ ਦਾ ਭਾਵ ਇਹ ਹੈ ਕਿ 2007 ਤੋਂ ਲੈ ਕੇ 2014 ਤੱਕ ਜੀ ਜਿੰਨੀਆਂ ਸੰਸਥਾ ਸੀਗੀਆਂ ਜੀ ਕੋਈ ਇਸ ਬਾਰੇ ਰਹੀਮ ਬਾਰੇ ਕੋਈ ਪੁੱਛਿਆ ਨਹੀਂ ਨਾ ਕੁਝ ਕਿਹਾ ਉਹਦੇ ਜਿਹੜਾ ਮਈ 2007 ਵਾਲਾ ਕੇਸ ਹੈ ਨਾ ਜੀ ਜੇ ਉੱਠੀਆਂ ਹੁੰਦੀਆਂ ਜਾਂ ਕੁਝ ਕੀਤਾ ਹੁੰਦਾ ਜੀ ਤੇ ਫਿਰ ਪਰਚਾ ਕਿਸਾ ਕੈਂਸਲ ਹੋ ਜਾਂਦਾ ਜਾਂ ਕਿਸਾ ਹਿੱਸਾ ਦੀ ਗੱਲ ਇਸ ਪਰਚੇ ਦੇ ਮੈਂ ਉਹੀ ਗੱਲ ਕਰ ਰਿਹਾ ਜੀ ਕਿਉਂਕਿ ਇਹ ਜਿਹੜਾ ਕੇਸ ਹੈ ਉਸ ਵੇਲੇ ਅਦਾਲਤ 'ਚ ਚੱਲ ਰਿਹਾ ਸੀ ਪਟੀਸ਼ਨਰ ਰਜਿੰਦਰ ਸਿੰਘ ਸਿੱਧੂ ਸੀ ਸਰਕਾਰ ਦੇ ਵਕੀਲ ਉੱਥੇ ਪੇਸ਼ ਹੁੰਦੇ ਸੀ ਕਿਉਂਕਿ ਜਦੋਂ ਇੱਕ ਚੱਲਦੇ ਕੇਸ ਦੇ ਵਿੱਚ ਅਸੀਂ ਕਿੱਦਾਂ ਜੇ ਤਾਂ ਕੋਈ ਹੋਵੇ ਵੀ ਅਸੀਂ ਬਾਹਰ ਹੋਈਏ ਅਸੀਂ ਅਦਾਲਤ ਦੇ ਵਿੱਚ ਨਾ ਤਾਂ ਮਾਝੀ ਸਾਹਿਬ ਪਟੀਸ਼ਨਰ ਸੀ ਨਾ ਅਸੀਂ ਸੀ ਨਾ ਕੋਈ ਹੋਰ ਪ੍ਰਚਾਰਕ ਸੀ ਰਜਿੰਦਰ ਸਿੰਘ ਸਿੱਧੂ ਵੱਲੋਂ ਪਰਚਾ ਦਰਜ ਹੋਇਆ ਅਤੇ ਅਦਾਲਤ ਦੇ ਵਿੱਚ ਉਹਨੇ ਹੀ ਪੇਸ਼ ਹੋਣਾ ਸੀ ਅਕਾਲੀ ਦਲ ਦਾ ਉਹ ਬੰਦਾ ਸੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੇ ਕੋਲ ਸੀ ਸ਼੍ਰੋਮਣੀ ਕਮੇਟੀ ਕੋਲ ਆਪਣੇ ਪੱਕੇ ਵਕੀਲ ਨੇ ਸਾਰੀ ਜਿਹੜੀ ਪਹਿਲੀ ਜ਼ਿੰਮੇਵਾਰੀ ਆ ਕਾਨੂੰਨੀ ਲੜਾਈ ਦੀ ਉਹ ਸ਼੍ਰੋਮਣੀ ਕਮੇਟੀ ਦੀ ਕੰਪਲੇਨਟ ਦੀ ਅਤੇ ਸਰਕਾਰ ਦੀ ਸੀ ਤਿੰਨ ਤਰ੍ਹਾਂ ਸੀ ਇਹ ਗੱਲ ਨਹੀਂ ਹੈ ਉਹ ਗੱਲ ਠੀਕ ਹੈ ਜੀ ਜਦ ਉਹਨੂੰ ਉਹਦੀ ਅੰਦਰ ਦੀ ਵੀਕਨੈਸ ਦਾ ਪਤਾ ਲੱਗ ਗਿਆ ਵੀ ਅਕਾਲੀ ਦਲ ਉਹਦਾ ਸਪੋਰਟ ਕਰ ਰਿਹਾ ਹੈ ਇਹ ਕਰ ਰਹੇ ਨੇ ਤੁਸੀਂ ਉਹਦਾ ਸੰਸਥਾ ਕਿਉਂ ਨਹੀਂ ਭੁੱਲੀਆਂ 2011 ਦੇ ਵਿੱਚ ਮੈਂ ਦੱਸ ਰਿਹਾ ਜੀ ਜਦੋਂ ਕਿਉਂਕਿ ਇਹ ਪਰਚਾ ਜਿਹੜਾ ਰੱਦ ਹੋਇਆ 2014 'ਚ 2011 ਦੇ ਵਿੱਚ ਜਥੇਬੰਦੀਆਂ ਦੇ ਵਿੱਚੋਂ ਬਾਬਾ ਹਰਦੀਪ ਸਿੰਘ ਮਹਿਰਾਜ ਅਤੇ ਜਸਪਾਲ ਸਿੰਘ ਮੰਝਪੁਰ ਪਟੀਸ਼ਨਰ ਬਣ ਕੇ ਵਿੱਚ ਪੇਸ਼ ਹੋਏ ਕਿ ਇਹ ਜਿਹੜਾ ਮਸਲਾ ਹੈ ਇਹ ਕਿਸੇ ਇੰਡੀਵਿਜੁਅਲ ਦਾ ਨਹੀਂ ਹੈ ਇਹ ਸਾਰੀ ਕੌਮ ਦਾ ਹੈ ਸਾਨੂੰ ਵੀ ਐਜ਼ ਆ ਪਟੀਸ਼ਨਰ ਵਿੱਚ ਸ਼ਾਮਿਲ ਕੀਤਾ ਜਾਵੇ ਅਤੇ ਕੋਰਟ ਨੇ ਕੀਤਾ ਵੀ ਜਦੋਂ 2014 ਦੇ ਵਿੱਚ ਦੇਖੋ ਗੱਲ ਬੜੀ ਸਿੰਪਲ ਹੈ ਜਦੋਂ ਸਰਕਾਰ ਜੱਜ ਪਟੀਸ਼ਨਰ ਅਤੇ ਦੋਸ਼ੀ ਰਲੇ ਹੋਏ ਹੋਣਗੇ ਅਤੇ ਅਦਾਲਤ ਤੋਂ ਬਾਹਰ ਸਾਡੇ ਵਰਗੇ ਪ੍ਰਚਾਰਕ ਕੀ ਕਰ ਲੈਣਗੇ ਅਸੀਂ ਤਾਂ ਆਵਾਜ਼ ਚੱਕ ਸਕਦੇ ਹਾਂ ਇਹਨਾਂ ਨੂੰ ਐਕਸਪੋਜ਼ ਕਰ ਸਕਦੇ ਹਾਂ ਔਰ ਅੱਜ ਮੰਗ ਕਰ ਰਹੇ ਹਾਂ ਕਿ ਇਸ ਇਹਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਔਰ ਇਹ ਜਿਹੜੀ ਉਦੋਂ ਵੀ ਚੈੱਕ ਹੋਈ ਹੈ ਇਦਾਂ ਨਹੀਂ ਹੈਗਾ ਕਿ ਇਹ ਜਿਹੜੀ ਅੱਜ ਆਪਾਂ ਤੱਥ ਤੁਹਾਨੂੰ ਦੱਸ ਰਹੇ ਹਾਂ ਇਹ ਅੱਜ ਪਹਿਲੀ ਵਾਰੀ ਅਖਬਾਰਾਂ 'ਚ ਛਪਣੇ ਨੇ ਇਹ 2014 ਦੇ ਵਿੱਚ ਵੀ ਉਸ ਵੇਲੇ ਦੀਆਂ ਪੰਥਕ ਜਥੇਬੰਦੀਆਂ ਦੇ ਬਿਆਨ ਵੀ ਆਏ ਅਖਬਾਰਾਂ 'ਚ ਛਪਿਆ ਵੀ
असी तो इन रिपीट कर रहे हैं उदों जो साधारण परिवार जित गए ने कौम हार गई असी इन रिपीट कर रहे हैं ये पहली बार नहीं चक हो रहा जी असी अज दरबारे खालसा जथेबंदी अलायंस ऑफ सिख ऑर्गेनाइज वालों प्रेस कॉन्फ्रेंस की है जिदे कि अज जदों सौदा साध न छत्रपति जी के परिवार ने साधवियों के परिवार ने घेर के जेल में फसा दिता है तो दूजे पासे बादलों ने सरकार होंदिया श्रोमणी कमेटी होंदिया अपनी बनती जिम्मेवारी नहीं निभाई और साडा जिहड़ा केस सीगा मई 2003 वाला मई 2007 वाला जिहड़ा इन्हें गुरु गोबिंद सिंह पातशाह की नकल की सौदा साध ने वह बिना जितया बिना लड़िया वह केस जिहड़ा कौम नूं हरा दिता बादलों ने ਉਹਦੇ ਖਿਲਾਫ ਅਸੀਂ ਅੱਜ ਇਹ ਗੱਲਬਾਤ ਜਿਹੜੀ ਸਾਰੀ ਰੱਖੀ ਹੈ ਜੀ ਕਿ ਇਹ ਸਾਡੀ ਕੌਮ ਨੂੰ ਨਮੋਸ਼ੀ ਵਿੱਚ ਧੱਕਣ ਵਾਲੇ ਬਾਦਲ ਪਰਿਵਾਰ ਹੈ ਜਿਹੜੇ SGPC ਤੇ ਕਾਬਜ਼ ਹੋ ਕੇ ਅਤੇ ਪੰਜਾਬ ਸਰਕਾਰ 'ਤੇ ਵੀ ਉਸ ਵਕਤ ਕਾਬਜ਼ ਸੀਗੇ ਐਡੇ ਪਾਵਰਫੁੱਲ ਹੋਣ ਦੇ ਬਾਵਜੂਦ ਵੀ ਉਸ ਦਰਿੰਦੇ ਦੇ ਖਿਲਾਫ ਡਟਣ ਦੀ ਥਾਂ 'ਤੇ ਉਹਦਾ ਪੱਖ ਪੂਰਦੇ ਰਹੇ ਨੇ ਉਹਨੂੰ ਰਹਿਨੁਮਾਈ ਉਹਦੀ ਕਰਦੇ।